ਪੀਤੇ ਦਿਨ ਹੀ ਤਰਸੇਮ ਜੱਸੜ ਦੀ ਮਸਤਾਨੇ ਫਿਲਮ ਰਿਲੀਜ਼ ਹੋਈ ਹੈ ਲੋਕਾਂ ਦੁਆਰਾ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਆਲੋਕ ਆਪਣੇ ਪਰਿਵਾਰਾਂ ਨਾਲ ਫਿਲਮ ਦੇਖਣ ਜਾ ਰਹੇ ਨੇ ਜੇਕਰ ਤੁਸੀਂ ਹਜੇ ਤੱਕ ਫਿਲਮ ਦੇਖਣ ਨਹੀਂ ਗਏ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਉਹ ਫਿਲਮ ਜ਼ਰੂਰ ਦੇਖ ਕੇ ਆਓ ਤੇ ਜਿਹੜੇ ਭਰਾ ਦੇਖ ਚੁੱਕੇ ਨੇ ਫਿਲਮ ਤਾਂ ਤੁਸੀਂ ਦੱਸ ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋ ਨੇ ਮਸਤਾਨੇ ਫਿਲਮ ਨੂੰ ਸੋ ਉੱਥੇ ਅਪਾ ਗੱਲ ਕਰਦੇ ਹਾਂ ਕੁਝ ਕੁ ਲੋਕ ਨੇ ਜਿਹੜੇ ਕਿ ਤਰਸੇਮ ਜੱਸੜ ਦੀਆਂ ਵੀਡੀਓਜ਼ ਨੀਚੇ ਤੇ ਆਪਣੀ ਪਿਛਲੀ ਵੀਡੀਓ ਨੀਚੇ ਕਮੈਂਟ ਕਰਦੇ ਪਏ ਸੀਗੇ ਕਿ ਬਾਈ ਜੋ ਸਿਮੀ ਚੈਲ ਤੇ ਤਰਸੇਮ ਜੱਸੜ ਦੀ ਨਿੱਕੀ ਲਵ ਸਟੋਰੀ ਦਿਖਾਈ ਗਈ ਆ ਉਹ ਲਵ ਸਟੋਰੀ ਨਹੀਂ ਹੋਣੀ ਚਾਹੀਦੀ ਸੀ ਇਸ ਨਾਲ ਇਮੇਜ ਤੇ ਜਿਹੜਾ ਕਿ ਥੋੜਾ ਜਿਹਾ ਫਰਕ ਪੈਂਦਾਗਾ ਕੁਝ ਅਲੱਗ ਦਿਖਦੀ ਆ ਗਈ ਫਿਲਮਾਂ ਤਾਂ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਉਸ ਟਾਈਮ ਆ ਜਿਹੜਾ ਕਿ ਤਰਸੇਮ ਜਸੜ ਇੱਕ ਭੰਡ ਦੇ ਕਿਰਦਾਰ ਦੇ ਵਿੱਚ ਹੁੰਦਾਗਾ ਉਸ ਨੂੰ ਸਿੱਖੀ ਬਾਰੇ ਕੁਝ ਨਹੀਂ ਪਤਾ ਹੁੰਦਾ ਤੇ ਜਦੋਂ ਉਹ ਇਸ਼ਕ ਦੇ ਵਿੱਚ ਪੈਂਦਾਗਾ ਤਾਂ ਉਹ ਇੱਕ ਆਮ ਨਾਗਰਿਕ ਹੁੰਦਾ ਤੇ ਇਹ ਉਹ ਇੱਕ ਭੰਡ ਦੇ ਕਿਰਦਾਰ ਦੇ ਵਿੱਚ ਹੀ ਹੁੰਦਾਗਾ ਤਾਂ ਜਦੋਂ ਤਰਸੇਮ ਜਸੜ ਨੂੰ ਬਾਅਦ ਦੇ ਵਿੱਚ ਸਿੱਖੀ ਬਾਰੇ ਗਿਆਨ ਹੁੰਦਾਗਾ ਤਾਂ ਉਹ ਸਿਮੀ ਚਹਿਲ ਨੂੰ ਉੱਥੋਂ ਕੱਲੀ ਨੂੰ ਭੇਜ ਦਿੰਦਾ ਤੇ ਕਹਿੰਦਾ ਹੈ ਕਿ ਮੈਂ ਆਪਣੇ ਸਾਥੀਆਂ ਸਾਥ ਦੇਵਾਂਗਾ ਕਿ ਉਸ ਟਾਈਮ ਉਹ ਸਿੱਖ ਬਣ ਚੁੱਕਿਆ ਹੁੰਦਾਗਾ ਤੇ ਜਦੋਂ ਉਹ ਭੰਡ ਦੇ ਕਿਰਦਾਰ ਦੇ ਵਿੱਚ ਹੁੰਦਾਗਾ ਤਾਂ ਉਹ ਕਹਿੰਦਾ ਹੁੰਦਾ ਕਿ ਮੈਨੂੰ ਕਿਸੇ ਦੀ ਕੋਈ ਜ਼ਰੂਰਤ ਨਹੀਂ ਮੈਂ ਸਿਰਫ ਤੇਰੇ ਨਾਲ ਵਿਆਹ ਕਰਾਉਣਾਗਾ ਤੇ ਆਪਾਂ ਇੱਥੋਂ ਭੱਜ ਚੱਲਦੇ ਆਂਗੇ ਕਿ ਜਿੰਨਾ ਭਰਾਵਾਂ ਨੂੰ ਇਸ ਚੀਜ਼ ਤੇ ਡਾਊਟ ਸੀਗਾ ਸੋ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਤੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰੱਬ ਰਾਖਾ